ਸਤਿ ਸ਼੍ਰੀ ਅਕਾਲ ਸਾਂਝ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਕੀਰਤੀ ਤੇ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਸਲ ਤਸਵੀਰ। ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਵਾਕਈ ਉਹਨਾਂ ਤਸਵੀਰਾਂ ਦੇ ਨਾਲ ਰੂਬਰੂ ਕਰਵਾਇਆ ਜਾਵੇ ਜਿਨ੍ਹਾਂ ਦੀ ਸਿਰਫ ਗੱਲ ਹੀ ਨਹੀਂ ਕੀਤੀ ਜਾਂਦੀ। ਉਹ ਜਗ੍ਹਾ ਤੇ ਪਹੁੰਚ ਕੇ ਅਸੀਂ ਉਸ ਚੀਜ਼ ਨੂੰ ਤੁਹਾਨੂੰ ਦਿਖਾਉਂਦੇ ਹਾਂ, ਪਰ ਕਹਿੰਦੇ ਨੇ ਕਿ ਦੇਰ ਆਏ ਦੁਰਸਤ ਆਏ, ਕਿ ਕੰਮ ਜਿਹੜਾ ਉਹ ਸ਼ੁਰੂ ਹੋਣਾ ਜਿਹੜਾ ਸ਼ੁਰੂ ਹੋ ਗਿਆ ਆ, ਕਿ ਲੋਕਾਂ ਨੂੰ ਇਹ ਸਮਝ ਆਉਣੀ ਸ਼ੁਰੂ ਹੋ ਗਈ ਕਿ ਵਾਕਈ ਜਿਹੜੇ ਲੋਕ ਆ ਉਹ ਕਿਹੋ ਜਿਹੀ ਜ਼ਿੰਦਗੀ ਇੱਥੇ ਹੰਡਾਉਂਦੇ ਹੋਣਗੇ ਇਸ ਗੰਦਗੀ ਦੇ ਵਿੱਚ। ਪਰ 15 ਸਾਲ ਦਾ ਸੰਘਰਸ਼ ਤੋਂ ਬਾਅਦ ਐਟਲੀਸਟ ਇਸ ਜਗ੍ਹਾ 'ਤੇ ਜਿਹੜੀ ਇਹ ਕੰਮ ਆ ਜਿਹੜਾ ਉਹ ਸ਼ੁਰੂ ਹੋ ਗਿਆ ਵਾ ਇੱਕ ਹਿਸਾਬ ਦਾ, ਕਿ ਜਲਦ ਤੋਂ ਜਲਦ ਇਹ ਚੀਜ਼ ਦੀ ਜਿਹੜੀ ਰਿਕਵਰੀ ਆ ਉਹ ਜਲਦੀ ਹੋਣੀ ਸ਼ੁਰੂ ਹੋ ਜੂਗੀ। ਪਰ ਫਿਰ ਵੀ ਕਿਤੇ ਨਾ ਕਿਤੇ ਅਵਾਰਾ ਪਸ਼ੂਆਂ ਦੀ ਇੱਥੇ ਪ੍ਰੋਬਲਮ ਬੜੀ ਆ, ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਛੋਟੀਆਂ ਮੋਟੀਆਂ ਜਾਂ ਬਹੁਤ ਹੀ 15 ਸਾਲ ਦੇ ਸੰਘਰਸ਼ ਦੌਰਾਨ ਕਿਹੋ ਜਿਹੀਆਂ ਸਮੱਸਿਆਵਾਂ ਉਹਨਾਂ ਦੇ ਸਾਹਮਣੇ ਅੱਪੜ ਕੇ ਆਉਂਦੀਆਂ ਸੀਗੀਆਂ। ਬਿਜ਼ਨਸ ਦੇ ਵਿੱਚ ਬਹੁਤ ਘਾਟਾ ਹੋਇਆ ਲੋਕਾਂ ਨੂੰ, ਪਰ ਇੱਥੇ ਦੀ ਮਾਰਕੀਟ ਦੇ ਨਾਲ ਗੱਲਬਾਤ ਕਰਦਿਆਂ ਵੀ ਇਹੋ ਜਿਹਾ ਸੰਤਾਪ ਜਿਹੜਾ ਹੰਡਾਉਣਾ ਮੈਨੂੰ ਲੱਗਦਾ ਇੱਕ ਹਿਸਾਬ ਦਾ ਇੱਕ ਸਜ਼ਾ ਹੀ ਸੀਗੀ ਜਿਹੜੀ ਇਹਨਾਂ ਨੂੰ ਭੁਗਤਣੀ ਪਈ ਹੈ, ਅਤੇ ਉਸ ਤੋਂ ਬਾਅਦ ਜਿਹੜਾ ਇੱਥੇ ਕੰਮ ਆ ਉਹ ਸ਼ੁਰੂ ਹੋ ਗਿਆ। ਬਾਕੀ ਗੱਲ ਕਰਦੇ, ਨਮਸਕਾਰ ਸਰ, ਬਹੁਤ ਬਹੁਤ ਸਵਾਗਤ ਹੈ ਸਾਂਝ ਟੀਵੀ। ਨਮਸਕਾਰ ਜੀ। ਸਰ, 15 ਸਾਲ ਦਾ ਸਮਾਂ ਜਿਹੜਾ ਤੁਸੀਂ ਇੰਨੇ ਅਰਸੇ ਲੰਘਾਏ ਆ, ਉਸ ਤੋਂ ਬਾਅਦ ਅੱਜ ਕੰਮ ਸ਼ੁਰੂ ਹੋਇਆ, ਪਾਰਟੀਆਂ ਆਈਆਂ ਗਈਆਂ, ਪਰ ਉਹਦੇ ਦੌਰਾਨ ਵੀ ਕੋਈ ਕੰਮ ਨਹੀਂ ਹੋਇਆ ਸੀ, ਕਿਉਂ ਤੁਸੀਂ ਗਏ ਨਹੀਂ ਸੀ ਜਾਂ ਕਦੇ ਗਏ ਅਤੇ ਨਗੋਲਿਆ ਗਿਆ ਤੁਹਾਨੂੰ? ਸਾਡੀ ਮਾਰਕੀਟ ਨੂੰ ਕਾਫੀ ਸਾਲ ਹੋ ਗਏ ਆ ਇਸ ਬਾਰੇ ਬੋਲਦੇ ਨੂੰ, ਸਾਡੀ ਮਾਰਕੀਟ ਇਸ ਡੰਬ ਕਰਕੇ ਖਤਮ ਹੋ ਗਈ ਹੈ ਜੀ। ਸਾਡੀ ਮਾਰਕੀਟ ਦੇ ਆਲੇ ਦੁਆਲੇ 5 ਕਾਲਜ ਨੇ ਜੀ, 2 ਸਕੂਲ ਨੇ, ਇੱਥੇ ਘੱਟੋ ਘੱਟ 5 ਤੋਂ 10 ਹਜ਼ਾਰ ਸਟੂਡੈਂਟ ਇੱਥੇ ਹਮੇਸ਼ਾ ਰੋਜ਼ ਆਉਂਦਾ ਹੈ, ਪਰ ਸਾਡੀ ਕਿਸੇ ਨੇ ਨਹੀਂ ਸੁਣਵਾਈ ਕੀਤੀ। ਪਰ ਜਦੋਂ ਦੇ ਸਾਡੇ ਬਾਬਾ ਹੈਨਰੀ ਜੀ ਆਏ ਨੇ, ਉਹਨਾਂ ਨੇ ਸਾਡੀ ਗੱਲ ਵੀ ਸੁਣੀ ਹੈ, ਸਾਨੂੰ ਭਰੋਸਾ ਦਿੱਤਾ ਕਿ ਇਹ ਡੰਪ ਨੂੰ ਇੱਥੋਂ ਕੱਢ ਕੇ ਦੇਣਗੇ, ਅਤੇ ਸਾਡੀ ਮੰਗ 'ਤੇ ਉਹਨਾਂ ਨੇ ਇਹਦੀ ਚਾਰ ਦੀਵਾਰੀ ਕਰਾ ਰਹੇ ਨੇ। ਇਹਦਾ ਰੋਜ਼ ਦਾ ਰੋਜ਼ ਹੁਣ ਕੂੜਾ ਇੱਥੋਂ ਲਿਫਟ ਹੋ ਰਿਹਾ, ਨਹੀਂ ਤਾਂ ਇੱਥੇ ਦਾ ਇਹ ਹਾਲ ਹੋ ਚੁੱਕਾ ਸੀ, ਡੰਪ ਇਹ ਨਹੀਂ ਸਾਡੀ ਸੜਕ ਬਣ ਚੁੱਕੀ ਸੀ। ਪਰ ਕਿੰਨਾ ਉਹ ਇੰਨੇ ਅਰਸਿਆਂ ਦੇ ਵਿੱਚ ਜਿਹੜੀ ਕਿੰਨੀਆਂ ਸਮੱਸਿਆਵਾਂ ਆਈਆਂ ਤੁਹਾਨੂੰ, ਮਾਰਕੀਟ ਦੇ ਵਿੱਚ ਬੜੀ ਪ੍ਰੋਬਲਮ ਆਈ, ਉਹ ਹੁਣ ਕਿੰਨਾ ਕੁ ਤੁਹਾਨੂੰ ਜਿਹੜਾ ਘਾਟਾ ਆਇਆ ਉਹਦਾ ਸਹਿਣਾ ਪਿਆ? ਨਹੀਂ, ਉੱਦਾਂ ਤਾਂ ਠੀਕ ਆ, ਮਤਲਬ ਕਿ ਪਰ ਕਾਫੀ ਹੁਣ ਫਰਕ ਪਿਆ। ਪਹਿਲਾਂ ਤਾਂ ਅਸੀਂ 12 ਤੇ 15 ਸਾਲ ਹੋ ਗਏ ਪੂਰੀ ਨਾ ਨਰਕ ਦੀ ਜ਼ਿੰਦਗੀ ਜੀ ਰਹੇ ਸੀਗੇ, ਬੜਾ ਇੰਨਾ ਹੀ ਮਤਲਬ ਸਾਡਾ ਬਿਜ਼ਨਸ 'ਚ ਫਰਕ ਪਿਆ, ਕੰਮ 'ਚ ਫਰਕ ਪਿਆ। ਮਤਲਬ ਕਸਟਮਰ ਸਾਡਾ ਜੇ 10 ਮਿੰਟ ਲਈ ਸਾਡਾ ਆਉਂਦਾ ਸੀ ਨਾ, ਤਾਂ 2 ਮਿੰਟ 'ਚ ਦੌੜਨਾ ਸੀਗਾ, ਉਹਨੂੰ ਇੰਨੀ ਸਮੈਲ ਆਉਂਦੀ ਸੀ ਦੌੜਨਾ ਸੀਗਾ। ਹੁਣ ਕੁਛ ਫਰਕ ਪਿਆ, ਸਾਡਾ ਪਿੱਛੇ ਪ੍ਰੋਟੈਸਟ ਹੋਇਆ ਸੀ, ਸਾਡੇ ਬਾਬਾ ਜੀ ਆਏ ਸੀਗੇ ਅਤੇ ਉਹਨਾਂ ਨੇ ਸਾਨੂੰ ਅਨੁਸ਼ਾਸਨ ਦਿੱਤਾ ਵੀ ਤੁਹਾਡਾ ਕੰਮ ਚੁਕਾਇਆ ਜਾਏਗਾ, ਅਤੇ ਹੁਣ ਉਸ ਤੋਂ ਬਾਅਦ ਇਹਨਾਂ ਨੇ ਸਾਡੇ 4 ਦੀਵਾਰੀ ਕੀਤੀ ਹੈ, ਕੁਛ ਫਰਕ ਪਿਆ। ਬਾਕੀ ਹਾਲੇ ਵੀ ਸਾਨੂੰ ਸਮੈਲ ਦੀ ਜਿਹੜੀ ਸਮੱਸਿਆ ਨਾ ਉਹ ਹਾਲੇ ਵੀ ਰਹਿਣੀ ਹੈ। ਨੰਬਰ 2, ਇੱਥੇ ਨਾ ਜਾਨਵਰ ਜਿਹੜੇ ਨਾ ਪਸ਼ੂ ਆ ਅਤੇ ਜਾਨਵਰ ਆ ਬੜੇ ਮਤਲਬ ਕਿ ਆਇਆ ਬਜਾਏ ਬਹੁਤ ਆ, ਇਹ ਕਈ ਵਾਰੀ ਇਹਨਾਂ ਨੇ ਆਪਸ 'ਚ ਲੜੇ ਕਰਕੇ ਸਾਡਾ ਦੁਕਾਨਾਂ ਨੁਕਸਾਨ ਕਰਦੇ ਆ, ਆਏ ਕਸਟਮਰ ਨੁਕਸਾਨ ਕਰਦੇ ਆ, ਬੜਾ ਹਾਲੇ ਵੀ ਸਾਨੂੰ ਸਮੱਸਿਆ ਕੁਛ ਹੈਗੀ ਆ ਜਿਹੜੀਆਂ ਸਾਡੀਆਂ ਸਾਨੂੰ ਆਸ ਹੈਗੀ ਆ ਬਾਬਾ ਜੀ ਕੋਲੋਂ। ਪਰ ਕੀ ਲੱਗਦਾ ਕਿ ਕਦੇ ਸਿੱਖਿਆ ਅਦਾਰੇ ਜਿਹੜੇ ਆ, ਇੱਥੇ 5 ਕਿਹਾ ਜਾ ਰਿਹਾ ਕਿ 3-4 ਕਾਲਜ ਆ ਅਤੇ ਨਾਲ ਦੀ ਨਾਲ ਸਕੂਲ ਆ, ਪਰ ਕਦੇ ਉਹਨਾਂ ਨੇ ਵੀ ਨਹੀਂ ਕੋਸ਼ਿਸ਼ ਕੀਤੀ ਵੀ ਉਹਨਾਂ ਦੇ ਸਟੂਡੈਂਟਸ ਨੂੰ ਕਿੰਨੀ ਪ੍ਰੋਬਲਮ ਹੁੰਦੀ ਹੋਊਗੀ ਇੱਥੋਂ ਲੰਘਦੇ ਵੜਦਿਆਂ? ਇਕੱਲੇ ਮਾਰਕੀਟ ਦੀ ਤਾਂ ਸਮੱਸਿਆ ਨਹੀਂ ਸੀਗੀ, ਮਾਰਕੀਟ ਦੀ ਤਾਂ ਨਹੀਂ ਸਮੱਸਿਆ ਸੀਗੀ, ਪਰ ਕਾਲਜ ਅਦਾਰੇ ਵਾਲਿਆਂ ਨੂੰ ਕੋਈ ਪਰਵਾਹ ਹੀ ਹੈ ਨਹੀਂ ਜੀ, ਉਹ ਤਾਂ ਬਸ ਇੱਦਾਂ ਹੀ ਹੈ, ਬਸ ਵੀ ਆਏ ਗਏ। ਮੈਂ ਕਹਿਣਾ ਚਾਹੁੰਦਾ ਕਿ ਜਿਹਨੇ ਇੱਥੇ ਕਾਲਜ ਦੇ ਪ੍ਰਿੰਸੀਪਲਸ ਹੁੰਦੇ ਉਹਨਾਂ ਕੋਲ ਬਹੁਤ ਪਾਵਰ ਹੁੰਦੀ ਆ, ਉਹਨਾਂ ਦੀ ਜਿਹੜੀ ਇੰਸਟੀਟਿਊਟ ਹੁੰਦੇ ਇਕੱਲੇ ਜਲੰਧਰ ਸ਼ਹਿਰ 'ਚ ਨਹੀਂ ਹੁੰਦੇ, ਆਲ ਓਵਰ ਇੰਡੀਆ 'ਚ ਫੈਲੇ ਹੁੰਦੇ ਆ, ਉਹ ਅਗਰ ਚਾਹਣ ਤਾਂ ਸਭ ਕੁਝ ਕਰਾ ਸਕਦੇ ਨੇ। ਪਰ ਉਹਨਾਂ ਨੇ ਕਦੀ ਵੀ ਸਾਡੀ ਮਾਰਕੀਟ ਦੇ ਨਾਲ ਖੜੇ ਹੋਣ ਦੀ ਹਿੰਮਤ ਨਹੀਂ ਕੀਤੀ, ਅਸੀਂ ਸਾਰੀ ਮਾਰਕੀਟ ਨੇ ਹਮੇਸ਼ਾ ਉਹਨਾਂ ਕੋਲ ਗਏ ਕਿ ਸਾਡਾ ਸਾਥ ਦਿਓ, ਪਰ ਉਹਨਾਂ ਨੇ ਕਦੀ ਸਾਥ ਨਹੀਂ ਦਿੱਤਾ, ਕਿਉਂਕਿ ਉਹ ਏਸੀ ਵਾਲੇ ਕਮਰੇ 'ਚ ਬੈਠੇ ਹੁੰਦੇ ਆ ਅਤੇ ਉਹਨਾਂ ਨੂੰ ਸਮੈਲ ਨਹੀਂ ਆਉਂਦੀ, ਸਟੂਡੈਂਟ ਉਹਨਾਂ ਕੋਲ ਚੱਲ ਕੇ ਆਉਂਦਾ ਆ ਅਤੇ ਉਹ ਸਟੂਡੈਂਟ ਕੋਲ ਨਹੀਂ ਜਾਂਦੇ, ਜੋ ਸਟੂਡੈਂਟਸ ਦੀ ਪ੍ਰੋਬਲਮ ਆ ਉਹ ਪ੍ਰਿੰਸੀਪਲ ਜਾਂ ਉਹਨਾਂ ਦਾ ਸਟਾਫ ਨਹੀਂ ਸਮਝਣ ਦੀ ਕੋਸ਼ਿਸ਼ ਕਰਦਾ। ਇਸ ਡੰਪ ਕਰਕੇ ਸਾਡੀ ਮਾਰਕੀਟ ਦੇ ਵਿੱਚ ਕੰਮ ਸਿਰਫ ਤੇ ਸਿਰਫ 10% ਰਹਿ ਗਿਆ, ਕਿਉਂਕਿ ਤੁਹਾਡੀ ਮਾਰਕੀਟ ਦੀ ਵੈਲਿਊ ਇਹਨਾਂ ਕਾਲਜਾਂ ਕਰਕੇ ਆ ਕਿ ਇੱਥੇ 10 ਹਜ਼ਾਰ ਦੇ ਤਕਰੀਬਨ ਜਿਹੜਾ ਤੁਸੀਂ ਕਿਹਾ ਸਟੂਡੈਂਟ ਆਉਂਦਾ। ਪਰ ਹੁਣ ਤਾਂ ਚਲੋ ਮੌਸਮ ਜਿਹੜਾ ਉਹ ਠੀਕ ਹੋਣਾ ਸ਼ੁਰੂ ਹੋ ਗਿਆ, ਪਰ ਬਰਸਾਤਾਂ ਦੇ ਸਮੇਂ ਦੇ ਵਿੱਚ ਕਿ ਕਦੇ ਕਾਲਜ ਵਾਲਿਆਂ ਨੂੰ ਤੁਸੀਂ ਨਹੀਂ ਕਿਹਾ ਜਾਂ ਕਾਲਜ ਵਾਲੇ ਦੇ ਸਟੂਡੈਂਟਸ ਨੇ ਵੀ ਨਹੀਂ ਕਦੇ ਕਿਹਾ ਵੀ ਭਾਈ ਇੱਥੇ ਜਾ ਕੇ ਕੂੜਾ ਹੀ ਚੱਕਵਾ ਲਓ? ਅਸੀਂ ਨਾ ਮਾਰਕੀਟ ਵਾਲੇ ਇਕੱਠੇ ਹੋ ਕੇ ਕਈ ਵਾਰੀ ਕਾਲਜ ਦੇ ਪ੍ਰਿੰਸੀਪਲਾਂ ਤੋਂ ਗਏ, ਉਹਨਾਂ ਕੋਲ ਐਪਲੀਕੇਸ਼ਨ ਲਿਖਾਈ ਆ, ਕਈ ਵਾਰੀ ਅਸੀਂ ਉਹਨਾਂ ਨੂੰ ਕੀ ਕਹਿੰਦੇ ਮਜਬੂਰ ਵੀ ਕੀਤਾ ਕਿ ਤੁਸੀਂ ਸਾਡੇ ਨਾਲ ਚੱਲੋ, ਪਰ ਉਹਨਾਂ ਨੇ ਸਾਡੇ ਨਾਲ ਕਦੀ ਵੀ ਸਾਥ ਦੇਣ ਦੀ ਨਹੀਂ ਸੋਚੀ ਜੀ। ਹਾਂ, ਪਰ ਜਦੋਂ ਦੇ ਇਹ ਹੁਣ 6 ਮਹੀਨੇ ਸਾਲ ਤੋਂ ਅਸੀਂ ਮਾਰਕੀਟ ਵਾਲੇ ਇੱਕ ਹੋ ਕੇ ਬਾਬਾ ਹੈਨੀ ਜੀ ਕੋਲ ਗਏ ਹਾਂ, ਆਪਣੀਆਂ ਤਕਲੀਫਾਂ ਦੱਸੀਆਂ ਨੇ, ਉਹਨਾਂ ਨੇ ਸਾਡਾ ਪੂਰਾ ਸਾਥ ਦੇ ਰਹੇ ਨੇ,
ਠੀਕ ਹੈ ਜੀ। ਉਹਨਾਂ ਨੂੰ ਅਸੀਂ ਕਿਹਾ ਕਿ ਸਾਨੂੰ ਇੱਥੇ ਡੰਪ ਨਹੀਂ ਚਾਹੀਦਾ ਅਤੇ ਉਹਨਾਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਸਾਨੂੰ ਸਾਲ ਦਾ ਟਾਈਮ ਦਿਉ, ਅਸੀਂ ਇਸ ਡੰਪ ਨੂੰ ਇੱਥੋਂ ਕਬੀਰ ਨਗਰ ਚੋਂ ਕੱਢ ਦਿਆਂਗੇ ਅਤੇ ਉਹਨਾਂ ਨੂੰ ਇਹ ਮੰਗ ਕੀਤੀ ਇੱਕ ਸਾਲ ਤੱਕ ਜਿੰਨਾ ਚਿਰ ਇਹ ਡੰਪ ਇੱਥੋਂ ਨਹੀਂ ਜਾਂਦਾ ਇਹਦੀ ਚਾਰ ਦੀਵਾਰੀ ਕੀਤੀ ਜਾਵੇ ਅਤੇ ਇਹਦੀ ਸਾਫ਼ ਸਫਾਈ ਦਾ ਪੂਰਾ ਧਿਆਨ ਕੀਤਾ ਜਾਵੇ। ਉਹਨਾਂ ਨੇ ਇਸ ਕੰਮ ਨੂੰ ਵੀ ਸ਼ੁਰੂ ਕਰਾਇਆ, ਚਾਰ ਦੀਵਾਰੀ ਵੀ ਕਰਾ ਰਹੇ ਨੇ ਔਰ ਸਾਨੂੰ ਇਹਨੂੰ ਜਿਹੜਾ ਡੰਪ ਜਿਹੜਾ ਸੜਕ ਬਣ ਗਈ ਸੀ ਜਿਹੜਾ ਹੁਣ ਅੰਦਰ ਦਿਖ ਰਿਹਾ ਤੁਹਾਨੂੰ, ਇਹ ਸੜਕ ਤੋਂ ਬਾਹਰ ਆ ਰਿਹਾ ਸੀ, ਹੁਣ ਉਹ ਹੁਣ ਅੰਦਰ ਆ ਜੀ। ਪਰ ਇਹਨੂੰ ਸਮਾਰਟ ਸਿਟੀ ਵੀ ਕਿਹਾ ਜਾਂਦਾ, ਕੀ ਲੱਗਦਾ ਕਿ ਹੁਣ ਬਾਬਾ ਹੈਨਰੀ ਜੀ ਦੇ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਉਹਨਾਂ ਨੇ ਦੁਬਾਰਾ ਸਮਾਰਟ ਸਿਟੀ ਜਿਹੜੀ ਉਹ ਕਹਿਲਾਉਣ ਦੇ ਹੱਕਦਾਰ ਹੋ ਜੂਗੀ? ਨਹੀਂ ਸਹੀ ਹੈ, ਬਿਲਕੁਲ ਠੀਕ ਕੰਮ ਚੱਲ ਰਿਹਾ ਉਹਦਾ, ਪਹਿਲਾਂ ਸੀ ਬਹੁਤ ਮੁਸੀਬਤ, ਸਹੀ ਆ ਹੁਣ ਮੇਰੇ ਹਿਸਾਬ ਕੰਟੀਨਿਊ ਠੀਕ ਹੋ ਜਾਏਗਾ, ਕੰਮ ਸਹੀ ਹੋ ਜਾਏਗਾ, ਠੀਕ ਬਸ ਇਹੀ ਗੱਲ। ਕੀ ਲੱਗਦਾ ਕਿਉਂਕਿ ਸਕੂਲ ਜਿਹੜੇ ਇੱਥੇ ਦੇ ਇੰਸਟੀਟਿਊਟ ਆ ਜਾਂ ਇੱਥੇ ਅਵਾਰਾ ਪਸ਼ੂ ਆ ਉਹਦੇ ਦੌਰਾਨ ਬਹੁਤ ਸਾਰੀਆਂ ਇਹੋ ਜਿਹੀਆਂ ਘਟਨਾਵਾਂ ਵੀ ਵਾਪਰੀਆਂ ਹੋਣਗੀਆਂ ਕਿ ਕਦੇ ਇਹਨਾਂ ਦਾ ਇਲਾਜ ਨਹੀਂ ਕੀਤਾ? ਕਿਸੇ ਨੇ ਇਹਦਾ ਕੋਈ ਇਲਾਜ ਨਹੀਂ ਕੀਤਾ, ਉਹਨੇ ਇਹਦਾ ਇਲਾਜ ਸ਼ੁਰੂ ਹੋਇਆ, ਪਹਿਲੇ ਕਿਤੇ ਕਿਸੇ ਨੂੰ ਧਿਆਨ ਨਹੀਂ ਦਿੱਤਾ, ਅਸੀਂ ਸਾਰਿਆਂ ਨੂੰ ਰਿਕੁਐਸਟ ਕਰਦੇ ਰਹੇ ਹਾਂ ਪਰ ਕੋਈ ਧਿਆਨ ਨਹੀਂ ਦਿੱਤਾ। ਹੁਣ ਦੇਖੋ ਮਾਰਕੀਟ ਖਾਲੀ ਪਈ ਹੈ ਸਾਹਮਣੇ, ਦੇਖੋ ਤੁਹਾਨੂੰ ਕੋਈ ਗਾਹਕ ਨਹੀਂ ਨਜ਼ਰ ਆਏਗਾ ਕਿਉਂਕਿ ਹਰੇਕ ਨੂੰ ਸਮੈਲ ਸੁੰਘਦੀ ਹੈ, ਅਗਲਾ ਚੱਲ ਜਾਂਦਾ। ਅਸੀਂ ਤਾਂ ਕਹਿੰਦੇ ਤੂੰ ਰੋਜ਼ ਦੇ ਰੋਜ਼ ਕੂੜਾ ਡੰਪ ਹੋਏ, ਰੋਜ਼ ਦੇ ਰੋਜ਼ ਚੁੱਕਣ ਤਾਂ ਕਿ ਸਮੈਲ ਖਤਮ ਹੋਵੇ। ਮੇਰਾ ਇੱਕ ਸਵਾਲ ਰਹਿ ਗਿਆ ਸੀ ਤੁਹਾਨੂੰ, ਇਹ ਸਵਾਲ ਰਹਿ ਗਿਆ ਸੀ ਵੀ ਇੱਥੇ ਦੀਵਾਰ ਤਾਂ ਹੋ ਜੂਗੀ, ਸਮੈਲ ਚਲੋ ਆਉਣੀ ਆ ਕਿਉਂਕਿ ਥੋੜ੍ਹਾ ਹੋਵੇ ਕੂੜਾ ਚਾਹੇ ਜ਼ਿਆਦਾ ਹੋਵੇ ਸਮੈਲ ਸਮੈਲੀ ਆ, ਪਰ ਅਵਾਰਾ ਪਸ਼ੂਆਂ ਦਾ ਕੀ ਕੀਤਾ ਜਾਏਗਾ ਕਿਉਂਕਿ ਦੀਵਾਰ ਕਰੂੰਗੇ ਤੇ ਉਹਦੇ ਵਿੱਚ ਪਸ਼ੂ ਅੰਦਰ ਹੀ ਰਹਿ ਜਾਣਗੇ, ਬਾਹਰ ਤਾਂ ਆਉਣਾ ਹੀ ਆ। ਜਿਹੜੇ ਅਵਾਰਾ ਪਸ਼ੂ ਆ ਇਹਨਾਂ ਦਾ ਪੱਕਾ ਇਲਾਜ ਹੋਣਾ ਚਾਹੀਦਾ ਕਿਉਂਕਿ ਇਹ ਅਵਾਰਾ ਪਸ਼ੂ ਦੀ ਪ੍ਰੋਬਲਮ ਇਕੱਲੀ ਕਬੀਰ ਨਗਰ ਦੀ ਨਹੀਂ ਹੈ, ਇਹ ਪੂਰੇ ਜਲੰਧਰ ਪੰਜਾਬ ਔਰ ਪੂਰੀ ਇੰਡੀਆ ਦੇ ਵਿੱਚ ਫੈਲੀ ਹੋਈ ਆ ਕਿਉਂਕਿ ਇਹਨਾਂ ਦੇ ਕਈ ਤਰ੍ਹਾਂ ਦੇ ਰੋਗ ਲੱਗੇ ਹੋਏ ਆ, ਇਹਨਾਂ ਦੀ ਰੱਖਣ ਰਖਾਉਣ ਵਾਸਤੇ ਕਿ ਪੂਰੇ ਪੰਜਾਬ 'ਚ ਜਾਂ ਪੂਰੇ ਇੰਡੀਆ ਦੇ ਵਿੱਚ ਵੀ ਨਹੀਂ ਹੈਗਾ, ਠੀਕ ਹੈ। ਇਹਨਾਂ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਅਸੀਂ ਇਹਨਾਂ 'ਤੇ ਕਰ ਰਹੇ ਹਾਂ, ਲੇਕਿਨ ਸਾਨੂੰ ਪਤਾ ਕਿ ਅਗਰ ਜੇ ਅਸੀਂ ਅੱਗੇ ਵੀ ਆਪਣੀਆਂ ਡਿਮਾਂਡਾਂ ਰੱਖੀਆਂ ਉਹਨਾਂ ਨੇ ਪੂਰੀਆਂ ਕੀਤੀਆਂ ਨੇ ਅਤੇ ਜੇ ਅਸੀਂ ਹੁਣ ਵੀ ਇਹਦੇ ਬਾਰੇ ਕਹਾਂਗੇ ਤਾਂ ਪੂਰੀ ਹੋਣਗੀਆਂ। ਇਹ ਸਵਾਲ ਮੈਂ ਤਾਂ ਪੁੱਛਿਆ ਸੀ ਕਿਉਂਕਿ ਡੰਪ ਜਿਹੜਾ ਇੱਥੇ ਤਕਰੀਬਨ ਕੰਧਾਂ ਹੋ ਜਾਣੀਆਂ ਆ, ਪਸ਼ੂ ਜਿਹੜੇ ਹੁਣ ਉਹ ਇੱਕ ਸਾਈਡ 'ਤੇ ਰਹਿੰਦੇ ਨੇ, ਬਾਅਦ 'ਚੋਂ ਇਹ ਸੜਕਾਂ 'ਤੇ ਆ ਜਾਣਗੇ, ਦੁਰਘਟਨਾਵਾਂ ਪਹਿਲਾਂ ਵੀ ਹੁੰਦੀਆਂ ਅਤੇ ਹੋਰ ਵਾਪਰਨਗੀਆਂ, ਉਹਦਾ ਇਲਾਜ ਮੈਂ ਪੁੱਛਿਆ ਸੀ। ਇਹਦਾ ਇਲਾਜ ਇੱਦਾਂ ਹੈ ਨਾ ਜੇ ਤੁਸੀਂ ਕਹਿੰਦੇ ਜੀ ਸੜਕਾਂ 'ਤੇ ਆ ਜਾਣਗੇ, ਇਹ ਪਸ਼ੂ ਤੁਹਾਨੂੰ ਇੱਥੇ ਜ਼ਿਆਦਾ ਤਾਂ ਦਿਖ ਰਿਹਾ, ਤੁਹਾਨੂੰ ਵੀ ਪਤਾ ਕਿ ਪਸ਼ੂ ਜਿਹੜੀ ਪ੍ਰਣਾਲੀ ਆ ਉਹ ਗੰਚ ਜ਼ਿਆਦਾ ਫੈਲਦੀ ਆ, ਠੀਕ ਹੈ ਨਾ। ਜੇ ਮੇਰੀ ਗੱਲ ਜੇ ਕੰਧਾ ਹੋ ਗਈਆਂ ਦੁਬਾਰਾ ਹੋ ਗਈਆਂ, ਸੜਕਾਂ ਦੇ ਵਿੱਚ ਪਸ਼ੂ ਹੁਣ ਤਾਂ ਪਹਿਲਾਂ ਵੀ ਆਉਂਦੇ ਸੀ ਹੁਣ ਵੀ ਆਉਣਗੇ, ਪਰ ਇਹਦੀ ਰੋਕਥਾਮ ਕਰਨ ਲਈ ਸਰਕਾਰ ਨੂੰ ਕੁਛ ਨਾ ਕੁਛ ਸੋਚਣਾ ਚਾਹੀਦਾ। ਸਾਡੀ ਤਾਂ ਆਸ਼ਾ ਜੀ ਸਾਡੀ ਪੂਰੀ ਮਾਰਕੀਟ ਦੀ ਕਿ ਸਮਾਰਟ ਸਿਟੀ ਦੇ ਨਾਲ ਸਾਡਾ ਜਿਹੜਾ ਏਰੀਆ ਆ ਸਾਰਾ ਡਿਵੈਲਪ ਹੋਵੇ, ਫਿਰ ਸਾਡੀ ਮਾਰਕੀਟ ਉਸੇ ਤਰੀਕੇ ਨਾਲ ਚੱਲੇ ਜਿੱਦਾਂ ਅੱਜ ਤੋਂ 10-12 ਸਾਲ ਪਹਿਲਾਂ ਚੱਲਦੀ ਸੀ। ਅਸੀਂ ਕਈਆਂ ਅੱਗੇ ਜਿਹੜੇ 10 ਸਾਲ ਇੱਥੇ ਰਹੇ ਵਿਧਾਇਕ, ਉਹਨਾਂ ਨੂੰ ਕਈ ਵਾਰੀ ਕਿਹਾ ਪਰ ਅੱਜ ਤੱਕ ਉਹਨਾਂ ਨੇ ਸਾਡੀ ਨਹੀਂ ਸੁਣਵਾਈ ਕੀਤੀ, ਪਰ ਜਿਹੜੇ ਨਵੇਂ MLA ਆਏ ਨੇ ਉਹਨਾਂ ਨੂੰ ਅਸੀਂ ਆਪਣੀ ਕੀਤਾ ਰਿਕੁਐਸਟ ਕੀਤੀ, ਉਹਨਾਂ ਨੇ ਸਾਡਾ ਸਾਥ ਦੇ ਰਿਹਾ, ਸਾਨੂੰ ਉਹਨਾਂ ਤੋਂ ਬਹੁਤ ਉਮੀਦਾਂ ਨੇ। ਸਾਨੂੰ ਲੱਗਦਾ ਹੈ ਕਿ ਇਹ ਜੋ ਕਰਨਗੇ ਉਹ ਸਾਡੇ ਭਲੇ ਲਈ ਹੋਊਗਾ, ਇਹ ਸਮਾਰਟ ਸਿਟੀ ਕਬੀਰ ਨਗਰ ਬਣੇਗਾ ਅਤੇ ਸਾਨੂੰ ਇਹ ਸਮੈਲ ਤੋਂ ਇਸ ਕੂੜੇ ਤੋਂ ਨਿਜਾਤ ਦਿਵਾਉਣਗੇ ਉਹ। ਇਹ ਗੱਲ ਜੇ ਕੀਤੀ ਜਾਵੇ ਕਿ ਕਈ ਲੀਡਰ ਆ ਅਣਗੋਲਿਆ ਕਰ ਦਿੰਦੇ, ਪਰ ਚਲੋ ਬਾਬਾ ਹੈਨਰੀ ਜੀ ਦੀ ਬੜੀ ਅੱਛੀ ਗੱਲ ਹੈ ਵੀ ਉਹਨਾਂ ਨੇ ਜ਼ਮੀਨੀ ਪੱਧਰ 'ਤੇ ਲੋਕਾਂ ਦੇ ਨਾਲ ਜੋੜ ਕੇ ਅਤੇ ਉਹਨਾਂ ਦੀ ਸਮੱਸਿਆ ਨੂੰ ਜਾਣਨ ਦੀ ਕੋਸ਼ਿਸ਼ ਕੀਤੀ ਕਿ ਸ਼ਾਇਦ ਉਹ ਵੀ ਜੇ ਦੁਕਾਨ 'ਤੇ ਆ ਕੇ ਬੈਠ ਕੇ ਦੇਖ ਦੇਣ ਅਤੇ ਇਹ ਜਿਹੜੀ ਸਮੈਲ ਆ ਉਹਨਾਂ ਦੇ ਨੱਕ ਤੱਕ ਵੀ ਜਾਂਦੀ, ਸ਼ਾਇਦ ਉਦੋਂ ਉਹਨਾਂ ਨੂੰ ਸਮਝ ਆਉਂਦੀ। ਪਰ ਜਲਦੀ ਕਹਿੰਦੇ ਨੇ, ਮੈਂ ਪਹਿਲਾਂ ਵੀ ਸਟਾਰਟਿੰਗ 'ਚ ਕਿਹਾ ਸੀ ਕਿ ਦੇਰ ਆਏ ਦੁਰਸਤ ਆਏ, ਜਲਦੀ ਉਹਨਾਂ ਨੂੰ ਵੀ ਪਤਾ ਲੱਗ ਗਿਆ ਵੀ ਇੱਥੇ ਇਹਨਾਂ ਨੂੰ ਨਿਜਾਤ ਜਿਹੜੀ ਆ ਕੂੜੇ ਤੋਂ ਦੇਣੀ ਚਾਹੀਦੀ ਆ, ਸਾਰੇ ਲੀਡਰਾਂ ਨੂੰ ਇਹ ਤੋਂ ਸੇਧ ਲੈਣੀ ਚਾਹੀਦੀ ਵੀ ਲੋਕਾਂ ਦੇ ਨਾਲ ਜੋ ਲੋਕਾਂ ਵੱਲੋਂ ਪਈਆਂ ਵੋਟਾਂ 'ਤੇ ਤੁਸੀਂ ਕਰਕੇ ਜਿੱਤੇ ਹਾਂ ਅਤੇ ਲੋਕਾਂ ਦੇ ਕੰਮ ਵੀ ਆਉਣਾ ਚਾਹੀਦਾ, ਲੋਕਾਂ ਦੀ ਗੱਲ ਨੂੰ ਧਿਆਨ ਨਾਲ ਸੁਣਨਾ ਵੀ ਚਾਹੀਦਾ ਤਾਂ ਕਿ ਲੋਕ ਵੀ ਜਿਹੜੇ ਆ ਉਹ ਇਸ ਗੰਦਗੀ ਤੋਂ ਨਿਜਾਤ ਜਿਹੜੀ ਆ ਉਹ ਪਾ ਸਕਣ। ਸੋ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ ਜਿਹੜੀਆਂ ਤੁਹਾਨੂੰ ਨਾਲ ਦੀ ਨਾਲ ਅਸਲ ਤਸਵੀਰ ਦੇ ਵਿੱਚ ਅਸੀਂ ਦਿਖਾਉਂਦੇ ਰਹਿੰਦੇ ਹਾਂ। ਸੋ ਉਸੇ ਦਾ ਨਾਲ ਮੈਨੂੰ ਕੀਰਤੀ ਅਤੇ ਕੈਮਰਾਮੈਨ ਰਵੀ ਗਿੱਲ ਨੂੰ ਦੋ ਇਜਾਜ਼ਤ, ਦੁਬਾਰਾ ਲੈ ਕੇ ਹਾਜ਼ਰ ਹੋਵਾਂਗੀ ਪ੍ਰੋਗਰਾਮ ਕਿਸੇ ਹੋਰ ਨਵੀਂ ਜਗ੍ਹਾ 'ਤੇ ਅਸਲ ਤਸਵੀਰ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।